ਅਸਲਾਮ ਵਾਲੇਕਮ ਦੇਸੀ ਲਾਈ ਬਾਈ ਰੋਜੀ ਦੇ ਚੈਨਲ ਤੇ ਅੱਜ ਅਸੀਂ ਜਿਹੜੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਉਹ ਦਾ ਨਾ ਇੱਕ ਕਚੋਰੀਆਂ ਤੇ ਕਚੋਰੀਆਂ ਰੋਜ਼ਿਆਂ ਚ ਨਾ ਖਾਧੀਆਂ ਜਾਂਦੇ ਤੇ ਕਚੋਰੀ ਦਾ ਮਜ਼ਾ ਵੀ ਨਹੀਂ ਆਂਦਾ ਇਸ ਲਈ ਸ਼ੁਰੂ ਕਰਨ ਤੋਂ ਪਹਿਲੇ ਰੈਸਪੀ ਫੋਨ ਤੁਸੀਂ ਮੈਨੂੰ ਫੋਲੋ ਲਾਈਕ ਸ਼ੇਅਰ ਕਰ ਲਓ ਨਾ ਤੇ ਇਹਦੇ ਅਸੀਂ ਜ਼ਿਆਦਾ ਮਸਾਲੇ ਨਹੀਂ ਪਾਉਂਦੇ ਦੇ ਤੇ ਜੋ ਜੋ ਪੈਂਦੇ ਜਾਣਗੇ ਮੈਂ ਤੁਹਾਨੂੰ ਨੰਨਾ ਦੱਸਦੀ ਜਾਵਾਂਗੀ ਤੇ ਮੈਨੂੰ ਤੁਸੀਂ ਫੋਲੋ ਕਰਦੇ ਰਹੋ ਤੇ ਪੂਰੀ ਵੀਡੀਓ ਦੇਖਣਾ ਤੇ ਅਸੀਂ ਦੋ ਚਮਚੇ ਲਸਣ ਇੱਕ ਪੈਨ ਵਿੱਚ ਪਾਏ ਤੇ ਜਿਵੇਂ ਗਰਮ ਹੋਇਆ ਤੇ ਮੈਂ ਵਿੱਚ ਅੱਧਾ ਕਿਲੋ ਚਿਕਨ ਦਾ ਕੀਮਾ ਪਾ ਦਿੱਤਾ ਸੀ ਤੇ ਉਹਦੇ ਨਾਲ ਹੀ ਮੈਂ ਅੱਧਾ ਅੱਧਾ ਚਮਚਾ ਛੋਟੇ ਜਿਹੇਰਾ ਚਮਚਾ ਹੁੰਦਾ ਹੈ ਨਾ ਉਹਦਾ ਥੋੜਾ ਥੋੜਾ ਨਾ ਅੱਧਾ ਚਮਚਾ ਮੈਂ ਪਾ ਦਿੱਤਾ ਸੀ ਲਸਣ ਅਦਰਕ ਦੇ ਪੀਸਦਾ ਤੇ ਹੁਣ ਤੁਸੀਂ ਇਹਨੂੰ ਕੱਲ ਲੈਣਾ ਮਿਕਸ ਉਧਰੋਂ ਹੁਣ ਉਹ ਪੱਕਦਾ ਜਾਂਦਾ ਉਹਦਾ ਪਾਣੀ ਖੁਸ਼ਕ ਅਸੀਂ ਕਰਨਾ ਤੇ ਇੱਧਰ ਅਸੀਂ ਕੋਲ ਲੈਨੇ ਆਟਾ ਦੋ ਛੰਨੀਆਂ ਮਿਲੀਆਂ ਸਨ ਫਲਾਵਰ ਦੀਆਂ ਮੈਂ ਦੇ ਦਿਆਂ ਤੇ ਵਿੱਚ ਦੋ ਚਮਚੇ ਮੈਂ ਪਾਇਸਨ ਤੇਲ ਦੇ ਤੇ ਗਰਮ ਪਾਣੀ ਦੇ ਨਾਲ ਹੁਣ ਤੁਸੀਂ ਇਹਨੂੰ ਹਲਕਾ ਨੀਮ ਗਰਮ ਪਾਣੀ ਦੇ ਨਾਲ ਤੁਸੀਂ ਇਹਨੂੰ ਗੁੰਨ ਲੈਣਾ ਤੇ ਇਸ ਨਾਲ ਗੁੰਨਾ ਹਾਰਟ ਨਾ ਹੋਵੇ ਥੋੜਾ ਪਤਲਾ ਹੀ ਹੋਵੇ ਉਦੋਂ ਕਾਫੀ ਹੱਤੀ ਕਾ ਸਾਡਾ ਕੀਮਾ ਵੀ ਪੱਕ ਚੁੱਕਿਆ ਸੀ ਤੇ ਹੁਣ ਅਸੀਂ ਇਹਦੇ ਚ ਪਾ ਦਿੰਨੇ ਆਪਣੇ ਮਸਾਲੇ ਲੂਣ ਮਿਰਚ ਤੇ ਕੁੱਟੀ ਪੀਸੀ ਮੇਂ ਹੋਈ ਜਿਹੜੀ ਰੈੱਡ ਮਿਰਚ ਹੁੰਦੀ ਉਹ ਤੇ ਗਰਮਸਾਲਾ ਤੇ ਪੀਸਿਆ ਸੁਕੇ ਧਨੀਏ ਦਾ ਪਾਊਡਰ ਪਾ ਦੇਣਾ ਤੇ ਨਾਲ ਹੀ ਤੁਸੀਂ ਪਾ ਦੇਣਾ ਇੱਕ ਪਿਆਜ਼ ਨੂੰ ਜਿੰਨੂੰ ਤੁਸੀਂ ਛੋਟਾ ਛੋਟਾ ਬਰੀ ਬਰੀ ਕਟਿਆ ਹੋਇਗਾ ਉਹਨੂੰ ਛੋਟ ਦੇਣਾ ਤੇ ਮਿਕਸ ਕਰਨ ਤੋਂ ਬਾਅਦ ਤੁਸੀਂ ਇਹਦਾ ਪਾਣੀ ਬਿਲਕੁਲ ਖੁਸ਼ਕ ਕਰਨਾ ਹੈ ਤੇ ਉੱਤੇ ਢੱਕਣ ਰੱਖ ਦੇਣਾ ਤਾਂ ਕਿ 2 ਕੁ ਮਿੰਟ ਧਮ ਲੱਗ ਜਾਵੇ ਤੇ ਮੈਨੂੰ ਫੋਲੋ ਲਾਈਕ ਸ਼ੇਅਰ ਕਰਨਾ ਨਾ ਪੁੱrna ਜਿਵੇਂ ਖੁਸ਼ਕ ਹੋ ਜਾਵੇ ਤੇ ਧਮ ਲਾਉਣ ਤੋਂ ਬਾਅਦ ਤੁਸੀਂ ਉਹਨੂੰ ਪਲੇਟ ਹੀ ਕਰ ਦੇਣਾ ਤਾਂ ਕਿ ਉਹ ਦਾ ਗਰਮ ਜੇਰਾ ਹੋ ਰਹਿਣਾ ਖਤਮ ਹੋ ਜਾਵੇ ਤੇ ਠੰਡਾ ਹੋ ਜਾਵੇ ਨਾ ਸਾਰੀ ਵਿੱਚ ਚੀਜ਼ਾਂ ਤੇ ਥੋੜਾ ਧਨੀਆ ਉੱਤੇ ਛੋਟੇ ਦੇਣਾ ਤੇ ਜਿਹੜਾ ਆਟਾ ਸੀ ਗੁੰਨੇ ਰਸੀ ਉਹਨੂੰ ਐਸੇ ਨਾ ਦੇਖੋ ਵੇਲ ਲੈਣ ਆਪਣੇ ਹੱਥ ਦੇ ਛੋਟਾ ਜਿਨਾ ਪੇਰਾ ਫੜਨਾ ਤੇ ਆਪਣੇ ਹੱਥ ਦੇ ਵਿੱਚ ਉਹਨੂੰ ਨਾ ਵੱਡੀ ਕੰਨੀਏ ਦੀ ਉਹਦੀ ਪਲੇਟ ਬਣਾਣੀ ਇਹ ਦੇਖੋ ਤੇ ਤੁਸੀਂ ਵਿੱਚ ਪਾ ਲੈਣਾ ਆਪਣੇ ਹਿਸਾਬ ਨਾਲ ਇੱਕ ਚਮਚਾ ਪਾ ਲੈਣਾ ਜਾਂ ਦੋ ਪਾ ਲੈਣੇ ਥੋੜੀ ਖਾਂਦੇ ਥੋੜੀ ਪਾ ਲੈਣਾ ਜ਼ਿਆਦਾ ਪਾ ਲੈਣਾ ਚਾਹਦੇ ਜ਼ਿਆਦਾ ਪਾ ਲੈਣਾ ਲੇਕਿਨ ਇੰਨੀ ਪਾਣਾ ਕਿ ਵਿੱਚ ਮੇਦੇ ਦੇ ਵਿੱਚ ਸਹੀ ਤਰ੍ਹਾਂ ਉਹਦੀ ਕਵਰ ਹੋ ਜਾਵੇ ਤੇ ਹੁਣ ਤੁਸੀਂ ਰਾਮ ਨਾਮ ਨਾ ਨਾ ਇਹਨੂੰ ਕਵਰ ਕਰ ਲੈਣਾ ਜਿਵੇਂ ਮੈਂ ਕੀਤਾ ਹੈ ਨਾ ਐਸਾ ਕਰ ਲੈਣਾ ਤੇ ਮੈਨੂੰ ਫੋਲੋ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਇਤਨਾਲੇ ਪਲੀਜ਼ ਦੇਖ ਕੇ ਮੈਨੂੰ ਦੱਸਿਆ ਕਰੋ ਤੁਹਾਨੂੰ ਮੇਰੀਆਂ ਵੀਡੀਓ ਕੈਸੀਆਂ ਲੱਗੀਆਂ ਨੇ ਇਹਨੇ ਅੱਛੀ ਲੱਗੀ ਏ ਕਿ ਨਹੀਂ ਲੱਗੀ ਏ ਦੀ ਤੇ ਪ੍ਰੋਪਰ ਉਹਨੂੰ ਤੁਸੀਂ ਕਵਰ ਕਰ ਲੈਣਾ ਦੋਵੇਂ ਸਾਈਡਾਂ ਤੋਂ ਕਵਰ ਕਰ ਲੈਣਾ ਦੇਖੋ ਇਹ ਦੂਜੀ ਸਾਈਡ ਤੋਂ ਥੋੜਾ ਮੇਰਾ ਲੱਗ ਰਿਹਾ ਨਾ ਖੁੱਲਿਆ ਹੈ ਤਾਂ ਹੁਣ ਇਹਨੂੰ ਮੈਂ ਕਵਰ ਕਰ ਲਿਆ ਦੇਖੋ ਤੇ ਪ੍ਰੋਪਰ ਕਵਰ ਕਰਕੇ ਤੇ ਹੁਣ ਇਹਨੂੰ ਹੁਸ਼ਕੇ ਦਾ ਰਾ ਲੈ ਕੇ ਨਾ ਉਹ ਥੱਲੇ ਰੱਖ ਕੇ ਤੇ ਉਹਨੂੰ ਉੱਤੇ ਟਿੱਕੀਆਂ ਬਣਾ ਕੇ ਤੁਸੀਂ ਸਾਰੀਆਂ ਐਂਜਿਵੇਂ ਰੱਖ ਲੈਣਾ ਦੂਜੀ ਸਾਈਡ ਤੇ ਅਸੀਂ ਕੜਾਈ ਵਿੱਚ ਔਇਲ ਗਰਮ ਕਰਨੇ ਪੈਸਾ ਜਿਵੇਂ ਔਇਲ ਗਰਮ ਹੋਇਆ ਅਸੀਂ ਵਿੱਚ ਪਾ ਦਿੱਤੇ ਆ ਜੀਆਂ ਨੇ ਕਚੋਰੀਆਂ ਤੇ ਰੋਜ਼ਿਆਂ ਚ ਕਚੋਰੀ ਨਾ ਖਾਓ ਤੇ ਮਜ਼ਾ ਹੀ ਨਹੀਂ ਆਉਂਦਾ ਮੇਰੇ ਬੱਚਿਆਂ ਨੂੰ ਬਹੁਤ ਪਸੰਦ ਦੇ ਰੀਆਂ ਨੇ ਕਚੋਰੀਆਂ ਨਾ ਤੇ ਮੈਂ ਤਾਜ਼ ਬਣਾਈਆਂ ਸਨ ਤੇ ਹੁਣ ਤੁਸੀਂ ਆਸਤਾ ਹਲਕੀ ਅੱਗ ਰੱਖਣੀ ਮੀਡੀਅਮ ਤੇਜ਼ ਅੱਗ ਤੇ ਨਹੀਂ ਕਰਨਾ ਕਿ ਉਤੋਂ ਫੱਕ ਜਾਏ ਤੇ ਅੰਦਰੋਂ ਤਾਂ ਸਾਰਾ ਮੀਦਾ ਕੱਚਾ ਰਵੇ ਤੇ ਹਲਕੀ ਅੱਗ ਦੇ ਤਕਰੀਬਨ ਕੋਈ 7-8 ਮਿੰਟ ਲੱਗ ਜਾਂਦੇ ਰਹੇ ਨੇ ਪੱਕਣੇ ਚੈੱਕ ਨੂੰ ਨਾ ਕਚੋਰੀਆਂ ਨੂੰ ਇਮ ਨੂੰ ਫੋਲੋ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਇਹ ਦੇਖੋ ਜੀ ਕਚੋਰੀਆਂ ਮੇਰੇ ਅੱਗੀਆਂ ਨੇ ਪੱਕ ਤੇ ਅਸੀਂ ਹੁਣ ਇਹਨਾਂ ਨੂੰ ਕੱਢ ਲਾਂਗੇ ਪਲੇਟ ਦੇ ਵਿੱਚ ਇਹ ਦੇਖੋ ਥੈਲੇ ਟਿਸ਼ੂ ਐਸੇ ਈ ਰੱਖੀ ਧੰਦੇ ਤਾਂ ਕਿ ਔਇਲ ਸਾਰਾ ਜਜ਼ਬ ਹੋ ਜਾਵੇ ਅਸੀਂ ਫਿਰ ਬਾਅਦ ਚ ਦੂਸਰੀ ਪਲੇਟ 'ਚ ਕੱਢ ਲਵਾਂਗੇ ਦੇਖੋ ਕਚੋਰੀਆਂ ਹੋ ਗਿਆ ਨੇ ਰੈਡੀ ਤੇ ਹੁਣ ਤੁਸੀਂ ਮੈਨੂੰ ਫੋਲੋ